ਬੜੇ ਚਿਰ ਬਾਅਦ ਬੈਟਮੈਨ ਦੀ ਬਾਜ਼ੀ ਜਿੱਤ ਕੇ ਕਬੂਲੀ ਅਸੀਂ ਹਾਰੋ ਤੇਰੀਆਂ ਤਾਂ ਗੱਲਾਂ ਨੇ ਟ੍ਰਿਪਲ ਜ਼ਰਾ ਵਿੱਚੋਂ ਪੁੱਗਿਆ ਨੀ ਵਾਦਾ ਇੱਕ ਵਾਰ ਤੇਰੀਆਂ ਤਾਂ ਗੱਲਾਂ ਹੀ ਨੇ ਦਿਲਾਂ ਦੀ ਬਾਜ਼ੀ ਜਿੱਤ ਕੇ ਕਬੂਲੀ ਅਸੀਂ ਹਾਰੋ ਤੇਰੀਆਂ ਤਾਂ ਬਾਰਾਂ ਸੌ ਬੰਦਾ ਬੈਠਾ ਸਾਰੇ ਲਿਖਦੇ ਪੈਣੇ ਵੱਟੂ 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 ਇੱਕ ਫੋਨ ਮਾਰਿਆ ਤੇ ਜਿੰਨਾ ਉੱਥੇ ਇੰਨਾ ਗੀਤ ਹੈ ਉਹ ਵੱਟੂ ਵੱਟੂ ਲਿਖਣ ਲੱਗ ਪਏ। ਇੱਕ ਮਿੰਟ ਉਹ ਆਹ ਕੌਣ ਹੈ? ਰੋਜ਼ ਰੋਜ਼ ਮੈਂ ਤੁਹਾਨੂੰ ਫਾਲੋ ਕਰ ਰਿਹਾ, ਕਿਆ ਬਾਤ ਹੈ, 32 ਲੈਵਲ ਰੋਜ਼ ਬਾਜੀ, ਏਡੀ ਕਿਹੜੀ ਗੱਲ ਹੈ? ਗਾਣਾ ਕੋਈ ਸਵਾਲ ਸਾਡਾ ਸਾਰੀ ਕਾਇਨਾਤ ਨੂੰ ਇਸ਼ਕ ਦੀ ਬਾਤ ਨੂੰ ਅੰਬਰ ਤੇ ਧਰਤੀ ਦੀ ਸੱਚੀ ਮੁਲਾਕਾਤ ਆ ਮਾਈ ਬਲਦਾਰ ਤੇ ਰੋਤ ਨੂੰ ਵੈਲਕਮ ਬਟਲਰ ਜਾਨੀ ਕਿੱਥੇ ਗਏ ਸੀ ਉਹ ਬਟਲਰ ਕੋਈ ਗੱਲ ਨਾ ਸੁਣੀ ਕਰ ਦਿਲਾਂ ਦੀ ਗੱਲ ਦੱਸਵੇ ਬਟਲਰ ਦੇ ਸਰਕਾਰ ਨੂੰ ਕਿੱਦਾਂ ਦੇ ਨੇ ਅਸਾਰ ਉਹ ਤੇਰੀ ਅਦਾ ਲਈ ਨੇ ਤੇ ਸੁਣ ਪਿੱਛੇ ਵੱਜਦੀ ਸੁਰੀਲੀ ਗਈ ਸਿਤਾਰ ਉਹ ਤੇਰੀ ਅਦਾ ਕੀ ਲਿਖਦੇ ਮੇਰੀ ਜਾਨ ਪੈਟਰਿਕ ਹੋ ਆਰ ਯੂ ਬ੍ਰੋ ਆਈ ਐਮ ਗੁੱਡ ਮੇਰੀ ਬ੍ਰਦਰ ਮਾਈ ਬ੍ਰਦਰ ਮਸੇਰਾ ਮੇਰੀ ਬ੍ਰਦਰ ਹਾਂ ਤੁਸੀਂ ਜਾਓ ਲਾਲੇ ਨੂੰ ਬੈਣ ਦੋ ਇੱਥੇ ਰੋਜ਼ ਮੇਰੀ ਜਾਨ ਥੈਂਕ ਯੂ ਕਸ਼ਮੀਰੀ ਬੁਆਏ ਥੈਂਕ ਯੂ ਰੋਜ਼ ਥੈਂਕ ਯੂ ਸੋ ਮਚ ਮੇਰੀ ਜਾਨ ਥੱਲੇ ਆ ਗਿਆ ਜਨਾਬ ਮੇਰੀ ਕਸ਼ਮੀਰੀ ਬੁਆਏ ਮੁਸ਼ਕ ਤੇਰੇ ਕੋਲੇ ਗਲਵਜ਼ ਹੈ ਠੀਕ ਹੈ ਥੱਲੇ ਆ ਗਿਆ ਜਨਾਬ ਮੇਰੀ ਪੰਜਾਬੀ ਸਟਾਰ ਪੰਜਾਬੀ ਕੁੜੀਏ ਆਇਆ ਕੁੜੀਏ ਤੇਰੀਆਂ ਖੇਡਾਂ ਜੱਟ ਸਾਹਿਬ ਥੱਲੇ ਕੌਣ ਐਮ ਯੂ ਐਫ ਮੁਫੀਦ ਮੁਫੀਦ ਪਾ ਜੀ ਲਵ ਯੂ ਮੇਰੀ ਜਾਨ ਦੇ ਟੁੱਟੇ ਓਕੇ ਕਰ ਲਾਲਾ ਅੱਛਾ ਜੀ ਐਵਰੀ ਵਨ ਡਬਲ ਟੈਪ ਇੱਕ ਇੱਕ ਬੰਦਾ ਟੁਰ ਗਿਆ ਗੰਜਿਆ ਇੱਕ ਇੱਕ ਬੰਦਾ ਮੇਰੀ ਜਾਨ ਦੇ ਟੁੱਟੇ ਹੋ ਥੈਂਕ ਯੂ ਸੋ ਮਚ ਮੇਰੀ ਜਾਨ ਇੱਕ ਇੱਕ ਬੰਦੇ ਨੂੰ ਡਨ ਕਰ ਇੱਕ ਇੱਕ ਬੰਦਾ ਮੇਰੀ ਜਾਨ ਦੇ ਟੁੱਟੇ ਹੋ ਥੈਂਕ ਯੂ ਸੋ ਮਚ ਲਾ ਲਿਓ ਤੁਹਾਡੀ ਜ਼ਿੰਦਗੀ ਦੀ ਖੈਰ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ ਅੱਲਾ ਮੇਰੀਆਂ ਜਾਨ ਦੀਆਂ ਟੁੱਟਣ ਹਮੇਸ਼ਾ ਹੱਸਦਾ ਦਿਖਾਉਂਦਾ ਰਹੇਗਾ ਆਏ ਸੀ ਅੱਜ ਹਮ ਕਾਲੇ ਕੋ ਬੜਾ ਡੋਏਂਗੇ ਬਰੋ ਚੈਲੰਜ ਮੈਚ ਓਕੇ ਕੇਕੇ ਪੈਟਰਿਕ ਵਨ ਮੈਚ ਓਕੇ ਇਸ ਚੈਲੰਜ ਇਸ ਲੇਡੀਜ਼ ਇਸ ਚੈਲੰਜ ਓਕੇ ਹੈ ਇਹ ਕੀ ਬੋਲਿਆ ਤੁਨੇ ਕਾਲੇ ਦੁਬਾਰਾ ਬੋਲ ਦੁਬਾਰਾ ਬੋਲ ਦੁਬਾਰਾ ਬੋਲ ਕਿਉਂ ਚੁੱਪ ਨਹੀਂ ਸਾਡਾ ਦਿਮਾਗ ਨਹੀਂ ਖਰਾਬ ਕਰ
ਓਕੇ ਅੱਛਾ ਗਾਣਾ ਹੁਣ ਸਰਕਾਰ ਮੇਰੀ ਅੱਜ ਬੜਾ ਕਿਹੜਾ ਲਾਈਏ ਵਿੱਚ ਮੈਦਾਨ ਦੇ ਅੱਜ ਗਾਣਾ ਕੁਝ ਮੈਨੂੰ ਦੱਸ ਨਹੀਂ ਜਿੱਥੋਂ ਅਸੀਂ ਕਰਦੇ ਬਿਲੋਂਗ ਬੱਲਿਆ ਇੰਗਲਿਸ਼ ਕੰਮ ਉੱਥੇ ਹੁੰਦੇ ਜਿੱਥੋਂ ਅਸੀਂ ਕਰਦੇ ਬਿਲੋਂਗ ਬੱਲਿਆ ਕੰਮ ਸਾਰੇ ਹੁੰਦੇ ਉੱਥੇ ਰੌਂਗ ਬੱਲਿਆ ਗਾਇਸ ਡਬਲ ਟੈਪ ਅੱਲਾ ਮਾਲਕ ਦੇ ਗਾਣੇ ਤੋਂ ਸੁਣੋ ਕੋਈ ਮਸਲਾ ਨਹੀਂ ਗਾਣਾ ਸੁਣੋ ਜੀ ਢੜੀ ਹੋਈ ਡਿੱਠੀ ਜੀ ਆਪਸੀ ਦੀ ਕੋਈ ਮਸਲਾ ਚਾਸ ਗਾਣੇ ਦੀ ਲੈਣੀ ਚਾਹੀਦੀ ਹੈ ਅਗਲਾ ਮੈਚ ਮੈਂ ਜਿੱਤਾਂਗਾ ਅਗਲੇ ਮੈਚ ਦੀ ਤੈਨੂੰ ਹੈਵੀ ਪਨਿਸ਼ਮੈਂਟ ਦਿਆਂਗਾ ਔਰ ਪਨਿਸ਼ਮੈਂਟ ਕਰਕੇ ਜਾਏਗੀ ਆ ਜਾ ਚੱਲ ਤੂੰ ਇਸ ਮੈਚ ਕੀ ਪਨਿਸ਼ਮੈਂਟ ਬੋਲਣਾ ਨਹੀਂ ਤੂੰ ਆ ਮੈਚ ਚੁੱਕ ਤੇਰੀ ਐਸੀ ਦੀ ਤੈਸੀ ਚੁੱਕ ਮੈਚ ਮੁਹੰਮਦ ਵੈਲਕਮ ਆ ਵਿਊਸ ਇਜ਼ ਮੁਹੰਮਦ ਨੋ ਮੈਟਰ ਮੈਟਰ ਇਜ਼ ਗਿਫਟਰ ਓਕੇ ਬਟ ਨੋ ਪ੍ਰੋਬਲਮ ਮੀ ਵਿਊਸ ਐਂਡ ਗੁੱਡ ਵਨ ਵਨ ਪਰਸਨਲ ਬੰਦਾ ਇਜ਼ ਗੁੱਡ ਆਲ ਵਿਊਸ ਡਬਲ ਟੈਪ ਓਨਲੀ ਔਨ ਵਨ ਵਨ ਪਰਸਨਲ ਇਜ਼ ਗੁੱਡ ਮੈਨ ਮਾਈ ਬ੍ਰਦਰ ਬਚਾ ਲੈਣਾ ਓਕੇ ਜਿਹੜੀ ਏਕੇ ਵਾਲੀ ਗਿਫਟਿੰਗ ਕਰ ਰਹੀ ਹੈ ਇਸ ਆਈਡੀ ਦੇ ਪਿੱਛੇ ਪੈਟਰਿਕ ਹੈ ਠੀਕ ਹੈ ਪੈਟਰਿਕ ਮੈਨੂੰ ਬੜੀ ਦੇਰ ਤੋਂ ਜਾਂਦਾ ਹੈ ਮਲੇਸ਼ੀਆ ਫਰੋਮ ਮਲੇਸ਼ੀਆ ਪੈਟਰਿਕ ਬਾਈ ਠੀਕ ਹੈ ਹੁਣ ਉਹਨੇ ਨਾਮ ਚੇਂਜ ਕੀਤਾ ਹੈ ਮੈਂ ਉਹਦੇ ਪੁਰਾਣੇ ਨਾਮ ਤੋਂ ਉਹਦਾ ਨਾਮ ਲੈ ਰਿਹਾ ਓਕੇ ਯੂ ਨੋ ਪੈਟਰਿਕ ਆਈ ਐਮ ਰਾਈਟ ਹਾਂ ਇਜ਼ ਕਮੈਂਟ ਓਕੇ ਯੂ ਪੈਟਰਿਕ ਯੈਸ ਚੈੱਕ ਕਰੋ ਮੇਰੇ ਦੱਸਦੇ ਜੇ ਪੈਡੋ ਬਮਰੋ ਜਿਹੜੇ ਥੱਲੇ ਕਮੈਂਟ ਪੇ ਕਰਦੇ ਨੇ ਬਾੜੇ ਪੜ੍ਹੇ ਲਿਖੇ ਐਵੇਂ ਦੰਦ ਕੱਢੀ ਆਉਂਦੇ ਨਾ ਕੰਮ ਨਾ ਕਾਰਨ ਲਾਉਣ ਦੇਣ ਮੈਂ ਪਾਗਲ ਹਾਂ ਉਹ ਮੇਰਾ ਯਾਰ ਹੈ ਮੈਨੂੰ ਜਾਣਦਾ ਮੇਰਾ ਉਹਦੇ ਨਾਲ ਰਬਤਾ ਰੋਜ਼ ਮਾਈ ਫੇਵਰਿਟ ਸ਼ੇਅਰਸ ਤੇ ਕੋਈ ਨਾ ਕੋਈ ਦਾਗ ਲੱਗੀ ਜਾਂਦਾ ਉਹਨੇ ਆਪਣੀ ਆਈਡੀ ਦਾ ਨਾਮ ਚੇਂਜ ਕੀਤਾ ਆਪਣੇ ਘਰਾਂ ਦੇ ਫੇਰ ਹਾਂ
ਮੁਰਸ਼ਦ ਮੇਰੀ ਜਾਨ ਲਵ ਯੂ ਮੇਰੀ ਜਾਨ ਦੇ ਟੁੱਟੇ ਭਾਈ ਥੈਂਕ ਯੂ ਸੋ ਮਚ ਮੁਰਸ਼ਦ ਥੱਲੇ ਕੌਣ ਆ ਗਿਆ ਹੈ ਦਿਲਸ਼ਾਦ ਹੁਸੈਨ ਮੁਹੰਮਦ ਭਾਈ ਰਜ਼ਵਾਨ ਭਾਈ ਅਰੂਜ ਥੈਂਕ ਯੂ ਸੋ ਮਚ ਅਰੂਜੇ ਥੱਲੇ ਪੈਟਰਿਕ ਪੈਟਰਿਕ ਬਰੋ ਥੈਂਕ ਯੂ ਸੋ ਮਚ ਮਾਈ ਬਰੋ ਮੁਰਸ਼ਦ ਥੈਂਕ ਯੂ ਮੇਰੀ ਜਾਨ ਦੇ ਟੋਟੇ ਲਾਲੇ ਇਹ ਮੇਰਾ ਯਾਰ ਆਇਆ ਕਸ਼ਮੀਰੀ ਕਸ਼ਮੀਰੀ ਮੈਂ ਤੈਨੂੰ ਫਾਲੋ ਕਰ ਦਿੱਤਾ ਯਾਰਾ ਲਵ ਯੂ ਕਸ਼ਮੀਰੀ ਮੇਰੀ ਜਾਨ ਦੇ ਟੋਟੇ ਯੂ ਆਰ ਵੈਲਕਮ ਬਰੋ ਓ ਥੈਂਕਸ ਮੇਰੀ ਜਾਨ ਓਕੇ ਯੂ ਕੁੜੀਏ ਤੇਰੀ ਪਹਿਲੀ ਪਨਿਸ਼ਮੈਂਟ ਬੋਲ ਪਿਛਲੇ ਮੈਚ 30,000 ਸੀ ਇਸ ਵਾਰੀ 30,000 ਸੀ ਤੂੰ ਮੇਰੇ ਗਿਫਟਰ ਦੀ ਡੀਪੀ ਲਏਗੀ ਪੈਟਰਿਕ ਓਕੇ ਓਨਲੀ ਪੈਟਰਿਕ ਡੀਪੀ ਓਕੇ ਅਬ ਬੋਲ ਤੂੰ ਪੈਟਰਿਕ ਕੀ ਡੀਪੀ ਲਗਾਏਗੀ ਓਕੇ ਪੈਟਰਿਕ ਕੌਣ ਹੈ ਪੈਟਰਿਕ ਮਾਈ ਗਿਫਟਰ ਓਕੇ 37 ਲੈਵਲ ਵਾਲਾ ਮੈਨੂੰ ਨਹੀਂ ਪਤਾ ਉਹ ਸ਼ਾਇਦ ਪ੍ਰਾਈਵੇਟ ਆਈਡੀ ਹੈ ਪੈਟਰਿਕ ਪੈਟਰਿਕ ਬ੍ਰੋ ਯੂ ਕਮੈਂਟ ਪਲੀਜ਼ ਓਪੋਜ਼ਿਟ ਜਾ ਕੇ ਕਮੈਂਟ ਕਰੇ ਓਕੇ 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 ਦੂਸਰੀ ਪਨਿਸ਼ਮੈਂਟ 5 ਗ੍ਰੀਨ ਚਿਲੀ ਓਕੇ ਤੀਸੀ ਤੀਸਰੀ ਪਨਿਸ਼ਮੈਂਟ ਆਪਣੇ ਪੂਰੇ ਮੂੰਹ ਦੇ ਉੱਪਰ ਟੂਥਪੇਸਟ ਲਗਾ ਚੱਲ ਓਕੇ ਟੂਥਪੇਸਟ ਵਾਲੀ ਚੇਂਜ ਕਰੇਗਾ ਆਪਣੀ ਐਨਕ ਤੋੜ ਦੇ ਨਾ ਕਰੇ ਕਾਲੇ ਐਨਕ ਨਾ ਐਨਕ ਇਲਾ ਵਕ ਉਧਰ ਤੇਰੀ ਤਰਫ ਆਈ ਹੋਗੀ ਏਕੇ ਵਾਲੀ ਆਈਡੀ ਆਈ ਹੈ ਨਹੀਂ AK-47 470 ਆ ਬ੍ਰਦਰ ਯੂ ਹੇਅਰ ਨਹੀਂ ਆਈ ਪੈਟਰਿਕ ਯੂ ਹੇਅਰ ਯੂ ਹੇਅਰ ਉਹਨੇ ਕਿਹਾ ਆ ਕੇ ਇੱਕ ਦੋ ਫੂਲ ਮਾਰੇ ਮੈਂ ਦੇਖਤੀ ਨਹੀਂ ਆਈ ਜੋਗਰਾ ਲਾਈਵ ਬੈਠਾ ਮੇਰੀ ਜਾਨ ਇੱਕ ਮਿੰਟ ਆ ਚੈੱਕ ਕਰ ਲੈ ਜਾ ਮਗਰੋਂ ਤੈਨੂੰ ਖਦਾ ਕੁੰਜੇ ਤੈਨੂੰ ਨਹੀਂ ਆਈ ਏਕੇ ਵਾਲੀ ਓਕੇ ਨਹੀਂ ਆਈ ਨਹੀਂ ਤੂੰ ਇੰਜ ਕਰ ਫਿਰ ਤੂੰ ਮੇਰੀ ਡੀਪੀ ਲਾ ਲੈ ਚੱਲ ਚੱਲ ਅਭੀ ਲਗਾਉਂ ਅਭੀ ਲਗਾਣੀ ਸ਼ਾਬਾਸ਼ ਮੇਰੇ ਪਾਸ ਕੋਈ ਫੋਨ ਹੀ ਨਹੀਂ ਹੈ ਮੈਨੂੰ ਯਹਾਂ ਸੇ ਲੱਭ ਕੇ ਮਰ ਜਾ ਦੁਬਾਰਾ ਲਾਈਵ ਬੰਦ ਕਰਕੇ ਅੱਗੇ ਮੇਰੇ ਰਿਕੁਐਸਟ ਭੇਜ ਮੈਂ ਤੈਨੂੰ ਚੁੱਕਣਾ ਚੱਲ ਅੱਛਾ ਹੋਰ ਕੀ ਪਨਿਸ਼ਮੈਂਟ ਦੀ ਟੁੱਟਪੇਸ ਹੋਰ ਆਪਣੇ ਇਨਬਾਕਸ ਵਿੱਚ ਆਪਣਾ ਨੰਬਰ ਦੇਂਗੀ ਤੂੰ ਮੈਚ ਤੋਂ ਬਾਅਦ ਅੱਧਾ ਘੰਟਾ ਮੇਰੇ ਨਾਲ ਗੱਲਾਂ ਕਰੇਂਗੀ ਟੁੱਟਪੇਸ ਵਾਲੀ ਥੀ ਨਾ ਮੈਂ ਟੁੱਟਪੇਸ ਵਾਲੀ ਕਰ ਲਈ ਹਾਂ ਨਹੀਂ ਤਾਂ ਤੇਰੀ ਤੀਸਰੀ ਪਨਿਸ਼ਮੈਂਟ ਇਹ ਵੀ ਕਿ ਤੂੰ ਇਨਬਾਕਸ ਆਪਣਾ ਨੰਬਰ ਦੇਂਗੀ ਤੇ ਅੱਧਾ ਘੰਟਾ ਮੇਰੇ ਨਾਲ ਗੱਪਾਂ ਕਰੇਂਗੀ ਜਦੋਂ ਮੈਂ ਲਾਈਵ ਬੰਦ ਕੀਤੀ ਜਾਨੂ ਮਾਨੀ ਚੀਮੀ ਚਾ ਚਾਚਾ ਗੱਲ ਕਰਨ ਲੱਗਿਆ ਤੁਹਾਨੂੰ ਸਭ ਲੜਦਾ ਡੁੱਬ ਕੇ ਮਰ ਜਾ ਪਰਾ ਟੁੱਟਪੇਸ ਵਾਲੀ ਜ਼ਿਆਦਾ ਬਿਹਤਰ ਹੈ ਉਸ ਗਾਇਸ ਡਬਲ ਟੈਪ ਕਰੋ ਯਾਰ
ਪਹਿਲੀ ਨੰਬਰ 804 ਵੈਲਕਮ ਗਾਇਸ ਡਬਲ ਟੈਪ ਕਰੋ ਯਾਰ ਰਾਜਾ ਪਨਿਸ਼ਮੈਂਟ ਹੋ ਰਹੀ ਹੈ ਔਰ ਕੀ ਹੋ ਰਿਹਾ ਹੈ ਓ ਕੀ ਕਰਨੀ ਹੈ ਕੀ ਕਰੇ ਨਾ ਓ ਪੜਾ ਕੇ ਸਹੀ ਕਰ ਲਾ ਔਰ ਕਿਸ ਤਰ੍ਹਾਂ ਲਗਾਉਂ ਮੂੰਹ ਮੇਂ ਸਹੀ ਲਾ ਹੈ ਕੀ ਆਖੀ ਔਰ ਕੀ ਕਰੂੰ ਮੂੰਹ ਮੇਂ ਡਾਲੂ ਇਸ ਕੇ ਇਲਾਵਾ ਔਰ ਕੀ ਬਚਾ ਹੈ ਜਗ੍ਹਾ ਨਹੀਂ ਨਹੀਂ ਤੁਸੀਂ ਮੂੰਹ ਚ ਨਾ ਆਪਣਾ ਟੂਥਪੇਸਟ ਆਪਣਾ ਲੈ ਲਓ ਵਾਹ ਤਾਹਿਰ ਵੈਲਕਮ ਕੋਈ ਚੁੰਮੀ ਵੀ ਨਹੀਂ ਦੁਆਵਾਂ ਕਰ ਕਰਕੇ ਅਸੀਂ ਮਰ ਗਏ ਹਾਂ ਅੱਛਾ ਸਾਰੇ ਬੰਦੇ ਮੇਰੀ ਗੱਲ ਸੁਣੋ ਗ੍ਰੇਸੀ ਆਪਣੀ ਅਮਰੀਕਾ ਵਾਲੀ ਗ੍ਰੇਸੀ ਦੀ ਹੁਣ ਬੜੇ ਜਲਦ ਔਰ ਜਲਦ ਗ੍ਰੇਸੀ ਦੀ ਸ਼ਾਦੀ ਹੋਣ ਵਾਲੀ ਤੇ ਦੁਆਵਾਂ ਕਰ ਕਰਕੇ ਅਸੀਂ ਮਰ ਗਏ ਤੇ ਗ੍ਰੇਸੀ ਸਾਹਿਬ ਹੋਰੀ ਸਰਕਾਰ ਮੇਰੀ ਸਾਨੂੰ ਚੁੰਮੀ ਵੀ ਨਹੀਂ ਮਾਰਦੇ ਮੋਟੀਏ ਕੰਜੂਸੇ ਮਰੇ ਤੂੰ ਰਜ਼ਵਾਨ ਖਾਨ ਤੇ ਭਾਈ ਜੀ ਤੁਸੀਂ ਬਚਾ ਲੋ ਜਾ ਕੇ ਪਰਚੇਜ਼ਿੰਗ ਕਰੋ ਔਰਤ ਨੂੰ ਬਚਾਓ ਫਾਲੋ ਕਰ ਓਕੇ ਕਰ ਗ੍ਰੇਸੀਏ ਫਾਲੋ ਮੈਂ ਤੈਨੂੰ ਵਨ ਫਾਲੋ ਤੂੰ ਕਿੱਥੋਂ ਦੀ ਹੈ 35 ਲੈਵਲ ਵਾਲੀ ਆਈਡੀ ਗ੍ਰੇਸੀਏ ਤੂੰ ਕਿੱਥੋਂ ਲੈ ਆਈ ਕਿਆ ਬਾਤ ਹੈ ਕਿਆ ਬਾਤ ਹੈ ਗ੍ਰੇਸੀ ਚੁੰਮੀਆਂ ਚਪਾਟੇ ਹੈ ਹਾਏ 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 ਤੋ ਕੀ ਕਰ ਥੱਲੇ ਕੌਣ ਹੈ ਗਾਇਸ ਡਬਲ ਟੈਪ ਕਰੋ ਯਾਰ ਗ੍ਰੇਸੀ ਤੂੰ ਫਾਲੋ ਹੈ ਚੈੱਕ ਕਰਨ ਦੇ ਮੈਨੂੰ ਜ਼ਰਾ ਗ੍ਰੇਸੀ ਇੱਕ ਮਿੰਟ ਗ੍ਰੇਸੀ ਆਸ ਮੇਰੀ ਆਈਡੀ 'ਚ ਕੋਈ ਮਸਲਾ ਆਇਆ ਮੈਂ ਫਾਲੋ ਕਰਨਾ ਤੇ ਬੰਦਾ ਫਾਲੋ ਹੀ ਨਹੀਂ ਹੁੰਦਾ ਅਨਫਾਲੋ ਹੋ ਜਾਂਦਾ ਕੀ ਮਸਲਾ ਹੈ ਗ੍ਰੇਸੀ ਇਹ ਕੀ ਮਸਲਾ ਆ ਗ੍ਰੇਸੀ ਦੀ ਆਈਡੀ ਪ੍ਰਾਈਵੇਟ ਨਹੀਂ ਹੋ ਸਕਦੀ ਗ੍ਰੇਸੀ ਇਹ ਕੀ ਮਸਲਾ ਕੀ ਹੈ ਮੇਰੇ ਨਾਲ ਨਾ ਬਾਅਦ ਵਿੱਚ ਕਨੈਕਟ ਕਰੀ ਠੀਕ ਹੈ ਮੈਂ ਪੁੱਛਣਾ ਯਾਰ ਕੀ ਮਸਲਾ ਹੈ ਕੀ ਪ੍ਰੋਗਰਾਮ ਕੀ ਹੈ ਮੈਂ ਜਿਹੜੇ ਬੰਦੇ ਨੂੰ ਮਸਲੇ ਨੇ ਤੂੰ ਆਸ਼ਕ ਕਾਲਾ ਸਾਹਿਬ ਵੀ ਤੇ ਵਿੱਚ ਗ੍ਰੇਸੀ ਸਾਹਿਬ ਆਸ਼ਕ ਸਾਹਿਬ